ਹਾਂਜੀ, ਅਸਲਾਮ ਅਲੈਕਮ ਚਾਚਾ ਦੇ, ਕੀ ਹਾਲ? ਵੈਲਕਮ ਬੈਕ ਇਨ ਅਦਰ ਵੀਡੀਓ ਐਨ ਅਦਰ ਵਲੌਗ। ਆ ਗਿਆ ਜਨਾਬ ਨਵਾਂ ਵਲੌਗ ਲੈ ਕੇ। ਰਾਤ ਜਿੱਥੇ ਸੁੱਤੇ ਆਈ ਕਸੀਮ ਵਾਲੇ ਮਾਤੇ ਤੇ, ਪਤਾ ਸੰਗੀ ਵੀ ਆ ਗਿਆ, ਰੋਟੀ ਛੋਟੀ ਖਾ ਕੇ ਤੁਸੀਂ ਸੁੱਤੇ ਆ ਤੇ ਹੁਣ ਉੱਠੇ ਆ। ਧੁੱਪ ਚੜੀ ਇਹ ਸ਼ੀਸ਼ਿਆਂ ਵਿੱਚ ਪਈ ਹੈ ਤੇ ਤਾਂ ਜਾਗ ਆਈ। 7:45 ਇਸ ਟਾਈਮ ਸਾਊਦੀ ਅਰਬ ਚ ਹੋ ਗਏ ਨੇ। ਸਾਡਾ ਤਕਰੀਬਨ 140 ਕਿਲੋਮੀਟਰ ਅਲ ਕਸੀਮ ਰਹਿ ਗਿਆ। ਅੱਲਾ ਖੈਰ ਰੱਖੇ ਜਨਾਬ, ਇੱਥੇ ਤੁਰ ਪਏ ਹੁਣ ਵੇਦੇ ਤੱਕਦੇ ਆ ਮੈਂ ਕਿੱਥੇ ਪੜੀਂਦਾ ਕੀ ਹਿਸਾਬ ਹੈ। ਅੱਲਾ ਪਾਕ ਖੈਰੀ ਖਰੀਦੀ ਲੈ ਜਾਏ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ। ਜਿਹੜੇ ਬੰਦੇ ਚੈਨਲ ਦੇ ਰਹੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਲਾਈਕ ਤੇ ਸ਼ੇਅਰ ਕਰਦੇ ਰਹੇ, ਠੀਕ ਹੈ। ਕਈ ਬੰਦੇ ਪੁੱਛਦੇ ਆਣ ਪਏ ਵੀਜ਼ੇ, ਇਹ ਜਵਾਨਾਂ ਵੀਜ਼ੇ ਓਪਨ ਨਹੀਂ ਹੋਏ ਦੁਬਈ ਦੇ, ਠੀਕ ਹੈ। ਬਾਕੀ ਗੱਡੀ ਕਿਤਨਾ ਪ੍ਰੋਫਿਟ ਕਮਾਉਂਦੀ ਹੈ ਸਾਰਾ ਕੁਝ ਮੈਂ ਅੱਗੇ ਵੀਡੀਓ ਬਣਾ ਚੁੱਕਿਆ, ਮਜ਼ੀਦ ਫਿਰ ਵੀਡੀਓ ਬਣਾ ਦੇ। ਇਹਦੇ ਵਿੱਚ ਕੋਈ ਨਹੀਂ ਆਖਿਆ ਜਾਂਦਾ, ਪੱਕਾ ਕੋਈ ਗੱਲ ਨਹੀਂ। ਗੱਡੀ ਕਿਤਨਾ ਪ੍ਰੋਫਿਟ ਕਮਾਉਂਦੀ ਹੈ, ਗੱਡੀ ਦਿਲ ਚਾਹੇ ਮਹੀਨੇ 'ਚ ਇੱਕ ਫੇਰਾ ਲੱਗੇ, ਦਿਲ ਚਾਹੇ ਤਾਂ 2 ਲੱਗਣ, ਦਿਲ ਚਾਹੇ ਤਾਂ 3 ਲੱਗਣ, ਦਿਲ ਚਾਹੇ ਤਾਂ ਕਿਰਾਇਆ ਜ਼ਿਆਦਾ ਸਹੀ ਹੋਵੇ, ਕਿਰਾਇਆ ਨਾ ਸਹੀ ਹੋਵੇ, ਇਹਦੇ ਉੱਤੇ ਕੋਈ ਨਹੀਂ ਡਿਪੈਂਡ। ਲੇਕਿਨ ਡਰਾਈਵਰੀ ਵਿੱਚ ਅਲਹਮਦੁਲਿਲਾ ਸਹੀ ਗੁਜ਼ਾਰਾ ਡਰਾਈਵਰ ਦਾ ਦੁਬਈ ਵਿੱਚ, ਠੀਕ ਹੈ। ਖਾ ਉਹ ਡਰਾਈਵਰ ਹੈ, ਖਾ ਉਹਦੀ ਆਪਣੀ ਗੱਡੀ ਹੈ, ਠੀਕ ਪੈਸੇ ਭੱਜਦੇ ਨੇ ਹਾਲ ਦੀ ਗੱਡੀ ਵਿੱਚ। ਬਾਕੀ ਹਰ ਬੰਦੇ ਦੇ ਆਪਣੇ ਮੁਕੱਦਰ, ਜਿਹੜਾ ਮੁਕੱਦਰਾਂ ਮੇਰੇ ਰਿਜ਼ਕ ਲਿਖਿਆ ਉਹ ਲੱਭਣਾ ਹੀ ਲੱਭਣਾ, ਠੀਕ ਹੈ। ਅਤੇ ਆ ਜਾਓ ਚਲੀਏ, ਇੱਥੇ ਨਾਸ਼ਤਾ ਮੰਗਾਇਆ ਹੋਟਲ ਤੱਕ ਕਿਸੇ ਕੰਮ ਦਾ ਨਾ ਹੀ, ਅੱਲਾ ਮਾਫੀ ਦੇ, ਹੁਣ ਬੰਦਾ ਇਹ ਵੀ ਨਹੀਂ ਆਖ ਸਕਦਾ ਵਾ, ਪਰ ਸਹੀ ਗੱਲ ਹੈ ਕੋਈ ਟੇਸਟ ਨਾ ਫਿਰ ਉੱਥੇ ਛੱਡ ਕੇ। ਅਤੇ ਹੁਣ ਅੱਗੋਂ ਕਹਿੰਦੇ ਆ ਨਾਸ਼ਤਾ ਕਿੱਥੋਂ ਕਰਦੇ ਆ, ਜਾਂ ਫਿਰ ਸਿੱਧੀ ਦੁਪਹਿਰਾਂ ਦੀ ਰੋਟੀ ਖਾਈਏ, ਕਿਉਂਕਿ ਹੁਣ ਖਲੋ ਖਲੋ ਅੱਗੇ ਬੜਾ ਲੇਟ ਹੋ ਗਿਆ ਜੀ। ਅਤੇ ਜਨਾਬ ਕਸੀਮ ਤੋਂ ਪਹਿਲੋਂ ਤਕਰੀਬਨ 20-30 ਕਿਲੋਮੀਟਰ ਚੌਧਰੀ ਪਰਵੇਜ਼ ਸਾਹਿਬ ਦਾ ਟਾਇਰ ਪਾਟ ਗਿਆ। ਇਹਨਾਂ ਨਾ ਖਾ 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 ਕੇ ਟਾਇਰ, ਚਾਈਨਾ ਦਾ ਟਾਇਰ ਹੈ, ਪਹਿਲੋਂ ਇੱਕ ਡਰਾਈਵਰ ਚਲਾਉਂਦਾ, ਮੁੜੋ ਦੂਜੇ ਨੂੰ ਦਿੰਦਾ, ਮੂਹਣੇ ਨੂੰ ਦਿੰਦੇ ਨੇ। ਲੱਗਣਾ ਉੱਤੋਂ ਸ਼ੀਸ਼ਾ ਵੇਖੋ ਨਾ, 5 ਪੈਰ ਸਟੈਂਡ ਲੱਗਣਾ ਅਤੇ ਟਾਇਰ ਵੇਖੋ ਇਹਨਾਂ ਦੇ। ਟਾਇਰ ਨਵਾਂ ਹੋਵੇ ਤਕਦੀਰੀ ਪਾਟ ਜਾਏ, ਉਹਦੀ ਮਸਲਾ ਨਹੀਂ ਹੁੰਦਾ। ਇੱਕ ਬੰਦਾ ਟਾਇਰ ਚਲਾਉਂਦਾ, ਮੁੜ ਦੂਜਾ ਤੇ ਮੂਹਣੇ ਨੂੰ ਦਿੰਦੇ ਨੇ। ਵੇਖੋ ਨਾ ਟਾਇਰ ਕੋਈ ਵੀ ਕਿਸੇ ਕੰਮੇ ਦਾ ਨਹੀਂ, ਲੋਅ ਬੈਡ ਦਾ ਲੋਅ ਲੱਤੇ ਆ, 5 ਪੈਰਾਂ ਦੇ ਟਾਇਰ ਵੇਖੋ। ਹੈ ਖੈਰ ਹੋ ਗਈ, ਖੈਰ ਹੋ ਗਈ। ਟਾਇਰ ਨਵਾਂ ਹੋਵੇ ਨਾ ਪਾਟ ਜਾਣਾ, ਕਿੱਲ ਲੱਗ ਜਾਣਾ, ਕੰਡਾ ਲੱਗ ਜਾਣਾ, ਉਹ ਤਕਦੀਰ ਗਿਣੀ ਜਾਂਦੀ ਹੈ। ਲੇਕਿਨ ਟਾਇਰ ਹੀ ਕਿਸੇ ਕੰਮ ਦਾ ਨਾ ਹੋਵੇ ਤਾਂ ਉਹਦਾ ਫਾਇਦਾ ਕੀ? ਇੱਥੇ ਹੁਣ ਇੱਕ ਪੰਚਰੀ ਲੱਭੀ ਜਾ, ਤੂੰ ਮੱਥਿਆਂ ਦੇ ਕੋਹਰੀ ਲੱਭੀ ਤੀ ਕਿਤੇ ਲੱਭੀ ਜਾ, ਤਾਂ ਫਤੂਰ ਕਰਦੇ ਨੇ ਫਿਰ ਨਾਸ਼ਤਾ, ਉਸ ਤੋਂ ਬਾਅਦ ਦਿਨ ਅਸੀਂ ਟਾਇਰ ਚੇਂਜ ਕਰਦੇ ਹਾਂ। ਭੇਜਿਆ ਤੇ ਸੱਚੀ ਗੱਲ, ਟਾਇਰ ਪਵਾ, ਟਾਇਰ ਤੇ ਆਪੇ ਚੜ੍ਹਦੇ ਰਹਿ ਸਣ ਨਾਲ ਆ ਹੋਟਲ ਆਈ, ਚੰਗੇ ਜੇ ਪਾਏ, ਚੰਗੀ ਬਾ ਮਾਰੇ ਚ ਵੀ ਸੱਟੀ ਆ, ਉਹ ਗੱਲ ਹੀ ਹੈ, ਤੂੰ ਖਾ ਇੱਕ ਵਾਰੀ ਪਾਏ ਦੱਸ। ਹਾਂ ਜੀ, ਤੇ ਟਾਇਰ ਸ਼ਹਿਰ ਤੇ ਨਾਸ਼ਤਾ ਕਰਨੇ ਤੋਂ ਬਾਅਦ ਆ ਗਏ ਹਾਂ ਅਲਗਾਤ, ਅਲਗਾਤ ਅਲਮਰੂਫ ਜ਼ੁਲਫੀ। ਜ਼ਿਆਦਾ ਬੰਦੇ ਜ਼ੁਲਫੀ ਦੇ ਨਾਂ ਤੋਂ ਜਾਣਦੇ ਨੇ, ਲੇਕਿਨ ਅਲਗਾਤ ਦਾ ਏਰੀਆ ਇਹ ਬਣਦਾ, ਜ਼ੁਲਫੀ ਦੇ ਪਿੱਛਾ ਰਹਿ ਜਾਂਦਾ। ਮੈਂ ਅੱਗੇ ਵੀ ਕਿਤਨੀ ਵਾਰੀ ਦੱਸ ਚੁੱਕੀ ਹਾਂ, ਅਤੇ ਇੱਥੇ ਇੱਕ ਵਾਰੀ ਗੱਡੀ ਦਾ ਗਰਮੀ ਵੀ ਹੈ ਅਤੇ ਸਾਹ ਵੀ ਬੜਾ ਬੰਦ ਹੁੰਦਾ, ਗੱਡੀਆਂ ਅੱਗੇ ਵੀ ਜਿਹੜੇ ਅੱਗੇ ਲੱਗ ਜਾਂਦੀਆਂ ਨੇ, ਸ਼ੁਰਤਾ ਤਜਾਵਜ਼ ਕਰਨ ਨਹੀਂ ਦਿੰਦਾ।
ਚੱਲ ਕਰਮਾ ਆਈਏ ਢਿੱਲੀ ਨਾ ਹੋ। ਵੇਖੋ ਦੋਵੇਂ ਜਵਾਨ ਮੈਂ ਤਜਾਵਜ਼ ਕਰ ਗਏ, ਨਲੀ ਹਸਨ ਵੀ ਤੇ ਪਰਵੇਜ਼ ਵੀ ਚੜਾਈ ਉੱਤੇ ਵੇਖਿਆ। ਅਸੀਂ ਤਾਂ ਫੁੱਲ ਬਾਹਰ ਫੁੱਟ ਬਾਹਰ ਨਾਲ ਕੱਢ ਲਈਏ ਜਿਹਾ ਜਵਾਨ ਵੇਖਿਆ ਸੁਲਫੀ ਤੇ ਮੈਂ ਤਜਾਵਤ ਕਰਕੇ ਤੇ ਅੱਗੇ ਆ ਕੇ ਖੜੇ ਨੇ। ਹੈ ਹੁਣ ਤਾਂ 10 ਮਿੰਟ ਦੀ ਬ੍ਰੇਕ ਕੀਤੀ ਨੇ ਕੋਈ ਜਵਾਨਾਂ, ਕੋਈ ਵਾਸ਼ਰੂਮ 'ਚ ਹੋਣਾ ਉਹ ਲੈਣ, ਕੋਈ ਮਾਰਕੀਟ 'ਚ ਸ਼ੈ ਲੈਣੀ ਨਾ ਲੈ ਲੈਣ, ਯਾਨੀ ਜੋ ਕੁਝ ਵੀ ਕਰਨਾ। ਹਾਏ ਹਾਏ ਓਡਰ ਮੈਂ ਜਾਣਾ ਜੀ ਉਹਦੇ ਤੇ ਪ੍ਰਵੇਸ਼ ਦਾ ਟਾਇਰ ਇੱਕ ਹੋਰ ਅੱਲਾ ਕੀਤਾ ਪਾਟ ਗਿਆ। ਕੀ ਬੰਦਾ ਕੱਖੇ ਨੀ ਯਾਰਾ, ਸਾਰੇ ਰਾਹ ਹੀ ਨਾ ਆਏ ਵੀ ਸੱਠਾਂ ਪੈਂਠਾਂ ਦੀਆਂ ਸਿਰਫ ਇਹਦੀ ਵਜ੍ਹਾ ਤੋਂ ਖਚਕੇ ਚ ਆਏ ਰਹੇ ਆ। ਚਲੋ ਰੋਟੀ ਛੋਟੀ ਖਾ ਕੇ ਵੇਹਨੇ ਆ। ਟਾਇਰ ਮੈਂ ਆ ਕਿਹਾ ਤਾ ਪੰਚਰੀ ਆਏ ਨਾ ਪੰਚਰੀ ਲਾਵੇ ਇਹ ਫਿਲਟਰ ਸਾਹਿਬ ਸਾਡਾ ਜਨਾਬ ਫਿਰ ਲੀਕ ਹੋ ਗਿਆ। ਇਹ ਮੇਰਾ ਰਬੜ ਕਿਹੜੇ ਪਾਸੇ ਨਿਕਲਿਆ, ਰਬੜ ਤੇ ਕੋਨੇ ਨਿਕਲਿਆ ਪੇਜਿਆ ਖੋਲ ਲੈਣਾ ਪਾ ਦਸ ਪੀਟੇ ਪਾ ਕੇ ਚੰਗੇ ਹੱਥ ਪੀਟੇ ਪਾ ਕੇ ਜਿਵੇਂ ਚੂੜੀ ਖੁੱਲਦੀ ਹੈ ਨਾ ਭਰਾਂ ਤੀ ਆਈ ਸੀ ਖੁੱਲ ਜਾਂਦਾ ਸੌਖਾ ਖੁੱਲ ਜਾਂਦਾ ਸੀ ਇੱਥੇ ਨਾ ਪੀੜਿਆ। ਹਾਂਜੀ ਤੇ ਜਵਾਨਾ ਉਹ ਫਿਲਟਰ ਖੋਲ 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 ਕੇ ਖੋਲਿਆ ਹੀ ਨਹੀਂ ਸਹੀ ਇਸ ਅੜੇਕੇ ਲੱਗੇ ਰਹੇ ਹਾਂ ਉਸ ਮਰਦੇ ਤੇ ਪੈਂਚਰੀ ਵਾਲਾ ਵੀ ਕੋਲ ਆਈ। ਫਿਰ ਜਨਾਬ ਸਾਰੇ ਆਪਣੇ ਵਾਸ ਲਾਏ ਨੇ ਸਾਰਾ ਕੁਝ ਲਾਇਆ। ਉਸ ਤੋਂ ਬਾਅਦ ਇੱਕ ਇੱਕ ਗੱਡੀ ਵਾਲੇ ਨਾਲ ਬਹਿ ਕੇ ਗਾ ਗਏ 7 ਕਿਲੋਮੀਟਰ ਤੇ ਮਾਤਾ ਆਈ ਪੈਟਰੋਲ ਪੰਪ ਆਈ ਜਿੱਥੋਂ ਤੇਲ ਬਰਾਜਦਾ ਐਡਨੋਕ ਵਾਲਾ ਉੱਥੋਂ ਇਹ ਫਿਲਟਰ ਲਿਆ। ਅਸੀਂ ਦਾ ਫਿਲਟਰ ਚਾਬੀ ਵਿਖਾ ਇਹ ਚਾਬੀ ਫਿਲਟਰ ਖੋਲਣੇ ਵਾਲੀ ਇਹਦੇ ਜਨਾਬ 100 ਰੁਪਈਆ ਜਮ੍ਹਾਂ ਕਰਾ ਕੇ ਆਏ ਹਾਂ ਬਜੇ ਅਸੀਂ ਪੀਛਾ ਨਾ ਪਰਤੇ ਉਸ ਤੇ ਤੁਸੀਂ 100 ਰੱਖ ਲਵਿਆ। ਫਿਰ ਇੱਥੋਂ ਜਾਂਦੀ ਵਾਰੀ ਤੇ ਮਰਤੇ ਤੋਂ ਗੱਡੀ ਨਿਕਲੀ ਤੇ ਬਹਿ ਗਈ ਉਸ ਪੰਪ ਤੋਂ ਉੱਥੋਂ ਆਉਂਦੀ ਵਾਰੀ ਗੱਡੀ ਕੋਲ ਨਾ ਲੱਭੇ ਕੋਈ ਘੰਟਾ ਸਾਰਾ ਖੜੇ ਰਹੇ ਹਾਂ। ਉਸ ਤੋਂ ਬਾਅਦ ਇੱਕ ਟੈਕਸੀ ਵਾਲਾ ਆਇਆ ਲੋਕਲਾਂ ਨੂੰ ਬੜਾ ਹੱਥ ਦਿੱਤਾ ਕੋਈ ਵੀ ਨਹੀਂ ਖੜਾ ਤੇ ਇੱਕ ਟੈਕਸੀ ਵਾਲਾ ਆਇਆ ਤਾਂ ਉਹਦੇ ਨਾਲ ਬਹਿ ਕੇ ਇੱਥੇ ਆਏ ਹਾਂ ਤੇ ਪੰਪ ਦਾ ਦੂਜੀ ਸਾਈਡ ਤੋਂ ਉਹਨੂੰ ਜਗ੍ਹਾ ਕੋਈ ਲੱਭੀ ਉਹ ਵੀ 2 ਕਿਲੋਮੀਟਰ ਅਗਾਂਹ ਜਾ ਖੜਾ। ਹੁਣ ਫਿਰ ਪੈਦਲ ਮਾਰਾ ਸ਼ੁਰੂ ਕੀਤੇ ਆ ਉਹ ਪਰਲੇ ਮੱਥੇ ਤੇ ਜਨਾਬ ਸਾਡੀਆਂ ਗੱਡੀਆਂ ਖੜੀਆਂ ਨੇ ਤੇ ਕਸਮੇਲਾ ਜਦੋਂ ਥੱਕ ਗਏ ਟੁਰ 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 ਕੇ ਇਹ ਫਿਲਟਰ ਨਿਕਾਹ ਜਿਹਾ ਕੰਮ ਹੈ ਇਹਦੀ ਵਜ੍ਹਾ ਤੋਂ ਅੱਗੇ ਲੱਗੇ ਆ। ਇਹ ਕੰਮ ਆਈ ਤੇ ਠੰਡ ਏਡਾ ਕਾਹੀ ਰੱਖਿਆ ਨਾ ਲੱਗ ਗਿਆ ਫਿਰ ਵੀ ਅੱਲਾ ਦਾ ਸ਼ੁਕਰ ਹੈ ਗੱਡੀਆਂ ਸਲਾਮ ਮਾਰ ਲਿਆ। ਓਏ ਹੋਏ ਹੋਏ ਬਹੁਤ ਜ਼ਿਆਦਾ ਮੁਸ਼ਾਕਲ ਬਣੀਆਂ ਨੇ ਇਸ ਮੌਤੇ ਤੇ ਨਿੱਕੀਆਂ ਗੱਡੀਆਂ ਵਾਲੀ ਪੈਂਚਰ ਦੁਕਾਨ ਹੈ ਵੱਡੀਆਂ ਦੀ ਆਈ ਕੋਨ ਔਲ ਮਰਾਈ ਤੇ ਤਕਰੀਬਨ 5 ਕਿਲੋਮੀਟਰ ਪਿਛਾਂ ਤੇ ਪ੍ਰਵੇਸ਼ ਸਾਹਿਬ ਦਾ ਫਿਰ ਇੱਕ ਟਾਇਰ ਪਾਟ ਗਿਆ ਤੇ ਕੀ ਬੰਦਾ ਇੱਥੇ ਹੁਣ ਕਰੇ ਤੇ ਕੀ ਨਾ ਕਰੇ ਤੇ ਐਨ ਵੀ ਥੋੜ੍ਹੇ ਮੇਰੇ ਤੋਂ ਪਿਛਾਂ ਰਹਿ ਗਏ। ਮੈਂ ਤਕਰੀਬਨ ਬਿਲਕੁਲ ਬ੍ਰਿਜ ਦੇ ਨਜ਼ਦੀਕ ਹੀ ਅਗਲੇ ਪਾਸੇ ਬ੍ਰਿਜ ਤਕਰੀਬਨ 4 ਤੋਂ 5 ਕਿਲੋਮੀਟਰ ਤੇ ਨਾ
ਤੇ ਹੁਣ ਮੇਰੇ ਖਿਆਲ ਨਾਲ ਸਪੇਅਰ ਵੀ ਹੈ ਇਸ ਕਿ ਕੋਈ ਨਾ, ਇੱਕ ਐਸ ਮਾੜਾ ਜਿਹਾ ਟਾਇਰ, ਲੇਕਿਨ ਇੱਥੋਂ ਚੇਂਜ ਕੋਈ ਹੋਣਾ। ਹੁਣ ਪੰਚਰੀ ਥੋੜ੍ਹੀ ਜਾਂਦੇ ਹਾਂ ਇੱਥੇ ਅਗਲੇ ਪਾਸੇ ਨਾ, ਪਰ ਸਿੰਗਲ ਟਾਇਰ ਅਤੇ ਲੋ ਬੈਡ ਦਾ ਲੋਹੜ ਲੱਦੇ ਆ, ਸ਼ੀਸ਼ਾ ਮਸਲਾ ਵੀ ਹੈ, ਜੇ ਦੂਜਾ ਪਾਰਟ ਗਿਆ ਤਾਂ ਫਿਰ ਉੱਕੋ ਬਹਿ ਜਾਣੀ। ਕੋਈ ਸਮਝ ਨਹੀਂ ਆ ਰਹੀ ਕੀ ਕਰੀਏ, ਹੁਣ ਆਉਂਦੇ ਨੇ ਤਾਂ ਵੇਹਨੇ ਆ ਕਿਹੜਾ ਪਾਰਟ ਆ। ਦੋ ਟਾਇਰ ਪ੍ਰਵੇਸ਼ ਜਨਾਬ ਨਵੇਂ ਛੁਡਾ ਰਿਹਾ, ਦੋ ਟਾਇਰ ਬੜੀ ਵੱਡੀ ਕੁਰਬਾਨੀ ਦੇਣ ਲੱਗਾ। ਅੱਲਾ ਮਾਫੀ ਦੇ, ਇਹ ਟਾਇਰ ਜਨਾਬ ਮੁਕਾਏ ਨੇ 650 ਵਿੱਚ, ਇਹ ਲੈ 315 ਦੇ ਨਵਾਂ ਮਾਡਲ। ਇੱਦਾਂ ਤੁਹਾਡਾ ਭਲਾ ਕਰੇ, ਕਿੱਥੇ ਮਾਡਲ ਲਿਖਿਆ ਇਹਦਾ, ਕਿੱਥੇ ਲਿਖਿਆ, ਕਿੱਥੇ ਲਿਖਿਆ, ਹੁਣ ਲੱਭ ਜਾਏ ਸਹੀ ਮੇਨ ਮਾਡਲ। ਇਹ ਵੇਖੋ 43 ਯਾਨੀ ਨਵਾਂ ਹੀ ਹੈ, 12 ਮਹੀਨੇ ਕਾ ਆਹ ਨਵਾਂ ਮਾਡਲ ਹੋ ਗਿਆ ਜੀ। ਟਾਇਰ ਸਾਰੇ ਕਮਜ਼ੋਰ ਨੇ, ਬਾਕੀ ਹੁਣ ਦੋ ਹੀ ਛੁਡਾ ਹੋਏ, ਪੈਸੇ ਵਾਲਾ ਕੋਈ ਨਹੀਂ ਕੋਲ। ਮੈਂ ਤਾਂ ਨਾ 4 ਛੁਡਾ ਲੈ, ਮੁਬਾਰਕਾਂ ਮੇਰਾ ਪਿਆ ਘਰ ਆਇਆ, ਹੋ ਲਾਲਣੀ ਮੇਰਾ ਪਿਆ, ਮੁਬਾਰਕਾਂ ਸਾਡੇ ਛੋਟ ਪੜੀ। ਜਨਾਬ ਗੱਡੀ ਅਸੀਂ ਪੰਜਰੀ ਤੇ ਲਾਈ, ਤੁਸੀਂ ਵੇਖਿਆ ਟਾਇਰ ਬਦਲੀ ਹੋ ਗਏ ਨੇ, ਤੇ ਅਸੀਂ ਹੁਣ ਰੋਟੀ ਛੋਟੀ ਖਾਣ ਲੱਗੇ ਹਾਂ ਤੇ ਇੱਥੇ ਹੀ ਸੌਣਾ, ਕੋਈ ਹਾਲ ਨਹੀਂ। ਕਸ਼ਮੀਰਿਆ ਪਿਆ, ਤ੍ਰੀਮਾ ਦਾ ਖਿਚਕਾ ਬਣੇ ਆ, ਟਾਇਰ ਲਾ ਲਾ ਕੇ ਬਦਲੀ ਕਰ ਕਰਕੇ, ਇਹਨਾਂ ਦਾ ਸ਼ੁਕਰ ਹੈ ਸਹੀ ਜਗ੍ਹਾ ਤੇ ਯਾਨੀ ਪਟਦੇ ਰਹੇ ਨੇ। ਇਹ ਕਿਤੇ ਪਿੱਛਾ ਪਟਿਆ ਤੇ ਬੜਾ ਉੱਪਾ ਆਇਆ, 10 ਕਿਲੋਮੀਟਰ ਦਾ ਸਫ਼ਰ ਆਈ 20-25 ਦੀ ਸਪੀਡ ਤੇ, ਅਸੀਂ ਤਾਂ ਅੱਧਾ ਘੰਟਾ ਪਹਿਲਾਂ ਆ ਗਏ, ਹੁਣ ਅਪੜਿਆ ਤੇ ਬਾਕੀ 6 ਰਹਿ ਗਏ, 2 ਪਵਾ ਜਿਹੜੇ ਕੰਮ ਨੇੜੇ ਹੀ ਲੱਗ ਗਿਆ। ਤੇ ਇਨਸ਼ਾਅੱਲਾ ਐਂਡ ਕਰਦੇ ਹਾਂ ਵਲੋਗ ਦਾ, ਸੁਬਹ ਨਵੀਂ ਵੀਡੀਓ ਲੈ ਕੇ, ਨਵਾਂ ਵਲੋਗ ਲੈ ਕੇ ਵੇਖਾਂਗੇ ਬਾ ਕੀ ਬਣਦਾ, ਬਾਰਡਰ ਥੋੜ੍ਹੀ ਚੌਧਰੀ ਰੀ ਪੜਦੇ ਨੇ ਕਿ ਨਹੀਂ। ਤੇ ਮਿਲਦੇ ਹਾਂ ਸੁਬਹ, ਅੱਲਾ ਦੇ ਵਾਲੇ ਹੱਸਦੇ ਰਹੋ, ਹੱਸਦੇ ਰਹੋ, ਪਾਕਿਸਤਾਨ ਜ਼ਿੰਦਾਬਾਦ।